ਜਲੰਧਰ ਦੀ ਆਨ ਬਾਨ ਸ਼ਾਨ ਵੈਰੀ ਗੁੱਡ ਲੈ ਜਾ ਜਿੱਥੇ ਲਾਉਣਾ ਲਾ ਦੋ ਉਹ ਪੁੱਤਰ ਇਨਵੈਸਟਮੈਂਟ ਹੈ ਤੇਰੀ ਬਾਈਂਗ ਲਾਈਫ ਅੱਜ ਬਾਰ ਬਾਰ ਮਿਲ ਰਹੇ ਆ ਇਸ ਦਾ ਮਤਲਬ ਕੁਝ ਤਾਂ ਹੋਣੇ ਵਾਲਾ ਹੈ ਕੁਝ ਤਾਂ ਹੋਣੇ ਵਾਲਾ ਸਾਹਿਬ ਕਿੱਥੇ ਜੀ ਹਾਂ ਇਹੀ ਕੁਝ महीने के बाद व्लॉग आने उस चीज दे सरप्राइज है बस वेट करो हुणे मैं देन जाना वा सर नूं पासपोर्ट देने तो बाद घूम आप जाना लुधियाने भी एक काम से इस करके दो तीन काम है काम करा ना ब्लॉग शूट करा तो थोड़ा थोड़ा हिंट तुम दे देंगे चलो थोड़ा थोड़ा माड़ा माड़ा हिंट दे देंगे तुम जाके पर इतने नहीं इस तो पहले मैं लेट हो गया मैं जाना ही 11 बजे पहुँचना ही जलंधर तो 10-15 मैं इतने हो गया मैं गाड़ी खिंचा तो तुम्हें मिलता जलंधर जाके जुड़े रहो बहुत वधिया इंटरस्टिंग ब्लॉग लगा कीप सपोर्टिंग पहुँच गया जलंधर जलंधर के सू मिल चुके हैं जलंधर दी आन बान शान एक मिनट जलंधर दी आन बान शान आर्ट्स अकैडमी दे इको एक ओनर नहीं ओनर दीदी भी है मेन ओनर वही है और दीदी की हाल जी बैठो अगे बैठो रीला बनाउणियां कि ने पिछे नूं पता नहीं हेलो सर मेरा श्रीलंका वीजा लवा दो अगे मैं कुछ किया चाह चुके ने वीजा ता नहीं आना बिलकुल सही यार एक एंड ही करा देंदे सर एंडलेस पर्सन है कौन सिखान लगे क्या बहुत तीखा लग रहा देखने जो तीखा लग रहा कंडे तो लगे नहीं टेस्ट करके टेस्ट करो यार मौत होना है मेरी चॉइस इज द बेस्ट कैंडा घूमते हैं शॉपिंग शॉपिंग करते हैं ग्रीन इत कर ली तो फिर तुम दस दें आप की करना पासपोर्ट आप जिस देने दे आए है ना सर मैं पासपोर्ट जिस देने दे आए हूँ बस महीने तक पटाका ही पौना हूँ की पोगे तुम आप बहुत जल्दी कुछ नवा लैके आ रहे हैं बहुत जल्दी कुछ नवा नहीं नवा लैके आ रहे हैं बट मेन बंदे सारे है आपा तो बस नाल नाल जा दीदी भैन हाँ लास्ट वाला खा लिया बढ़ जाने आप
ਉਹਨੇ ਕਹਿਣਾ ਆਪਣੀਆਂ ਉਮਰਾਂ ਵੇਖੋ ਤੇ ਵੇਟ ਵੇਖੋ ਤੂੰ ਇੱਥੇ ਹਲਕਿਆ ਕਰ ਕਿਉਂ ਖਰੀਦ ਰਹੇ ਮੈਂ ਕਿੱਥੇ ਲੀਤੀ ਸ਼ੋਪਿੰਗ ਕਿਉਂ ਖਰੀਦ ਰਹੇ ਕੱਪੜੇ ਕਿੱਥੇ ਚੱਲਣਾ ਮੈਂ ਹੀ ਕੀਤੀ ਸ਼ੋਪਿੰਗ ਉਹ ਅੰਦਰ ਦਾ ਸਮਾਨ ਕੱਢ ਕੇ ਨਾ ਵਿਖਾ ਦਿਓ ਮੈਂ ਕਹਿਣਾ ਤੇ ਹੁਣ ਕਹਿ ਗਿਆ ਕਿ ਪਾਉਣਾ ਚਲੋ ਹੁਣ ਬਾਅਦ ਆਪੇ ਤੇ ਘੁੰਮਣ ਤੂੰ ਕਿਹਾ ਤੇ ਘੁੰਮਣਾ ਵਾ ਯਾਰ ਇੱਕ ਤਿਉਹਾਰ ਨਹੀਂ ਮਾਰੀ ਜਾਂਦਾ ਪਰ ਪਰ ਆ ਕੇ ਇਹ ਫੋਲੋ ਕਰਦਾ ਸਾਨੂੰ ਪਾਸਪੋਰਟ ਦੇ ਫਿਰ ਉਹੀ ਗੱਲ ਛੇੜਨ ਲੱਗੇ ਕੁਝ ਤੋਂ ਹੋਣੇ ਵਾਲਾ ਕੁਝ ਤੋਂ ਹੋਣੇ ਵੀ ਨਾਲ ਹੀ ਚੱਲੇ ਜੀ ਆਪਾਂ ਸਾਰੇ ਚੱਲੇ ਕਿੱਥੇ ਚੱਲੇ ਤੇ ਤੂੰ ਕੱਲਾ ਚੱਲਣਾ ਮੈਂ ਸਿਰਫ 에어ਪੋਰਟ ਤੱਕ ਜਾਣਾ ਹਾਂ 에어ਪੋਰਟ ਤੱਕ ਤਾਂ ਪਾਰ ਕਿਸੇ ਨਾਲ ਚਾਹੀਦਾ ਆਇਨਸ ਅਕੈਡਮੀ ਦਾ ਨਿਊ ਸਿਸਟਮ ਚੱਲ ਰਿਹਾ ਹੈ ਆਇਨਸ ਅਕੈਡਮੀ 에어ਪੋਰਟ ਤੱਕ ਵੀ ਡ੍ਰੌਪ ਸਰਵਿਸ ਹਾਂ ਡ੍ਰੌਪ ਸਰਵਿਸ ਪਰ ਆਪਣਿਆਂ ਨੂੰ ਡ੍ਰੌਪ ਕਰਨ ਜਾਂਦੇ ਨੇ ਸਾਰੇ ਹੀ ਆਪਣੇ ਉਹ ਕਹਿਣ ਲੱਗਾ ਸੀ ਸਿਰਫ ਕੁਝ ਕੁਝ ਬੰਦਿਆਂ ਨੂੰ ਇੱਕ ਤਾਂ ਪਹਿਲਾਂ ਬੈਲਟ ਲਾਵਾਂ ਹੁਣ ਕਿ ਪਹਿਲਾਂ ਤਾਂ ਵਜਦੀ ਨਹੀਂ ਪਈ ਤੂੰ ਗੱਡੀ ਕਾਬੂ ਚ ਕੀਤੀ ਹੁਣ ਕਿ ਉਹ ਹੁਣ ਕਾਬੂ ਚ ਨਹੀਂ ਹੁਣ ਬੇਕਾਬੂ ਹੋ ਗਈ ਹੈ ਚਲੋ ਅਸੀਂ ਆਈਸਕ੍ਰੀਮ ਖਾਂਦੇ ਹਾਂ ਵੈਸੇ ਲੁਧਿਆਣੇ ਤੋਂ ਬਾਅਦ ਸਿੱਧਾ ਜਲੰਧਰ ਵਲੌਗ ਇਸ ਲਈ ਸ਼ੁਰੂ ਹੋਇਆ ਕਿਉਂਕਿ ਆਪਾਂ ਕੁਛ ਨੀ ਗੱਡੀ ਚ ਬਹਿਣ ਲੱਗਾ ਸੀ ਉਹ ਤੁਸੀਂ ਜਮੇ ਘਬਰਾਏ ਤੇ ਮੈਨੂੰ ਵੀ ਡਰਾ ਵੀ ਡਰ ਗਿਆ ਮੈਂ ਕੁਛ ਤਾਂ ਹੋਇਆ ਤੇ 12 ਅਕਤੂਬਰ ਨੂੰ ਉਹ ਬਰਥਡੇ ਮੇਰਾ ਹੁਣ ਤੋਂ ਨਾ ਤੇ ਪਾਰਟੀ ਤੋਂ ਨਾ ਮਿਲ ਜਾਣੀ ਤੈਨੂੰ ਬਾਕੀ ਵਿਸ਼ ਕਰ ਐਡਵਾਂਸ ਪਾਰਟੀ ਲੈ ਲਿਆ ਕਹਿ ਦਿਆ ਮੇਰੇ ਕੋ ਪਾਰਟੀ ਚਾਹੀਦੀ ਹੁਣ ਆਈਸਕ੍ਰੀਮ ਖਾਣ ਨਹੀਂ ਆ ਨਾ ਹੋਏ ਇਟਸ ਪਾਰਟੀ ਚਲੋ ਯਾਰ ਆਪਾਂ ਬਾਕੀ ਦਾ ਵਲੌਗ ਕੱਲ ਨੂੰ ਵੇਖਾਂਗੇ ਜੇ ਕੁਝ ਕਰਾਂਗੇ ਕੰਟੀਨਿਊ ਕਰਾਂਗੇ ਨਾ ਵੀ ਕੁਝ ਕਰਾਂਗੇ ਤੇ ਫਿਰ ਇੱਥੇ ਐਂਡ ਆ ਜੇ ਬਣਾ ਲਿਆ ਤੇ ਠੀਕ ਹੈ ਠੀਕ ਆ ਨਹੀਂ ਤੇ ਫਿਰ ਗੱਲਾਂ ਬਾਤਾਂ ਹੀ ਹੋਣਗੀਆਂ ਕੁਝ ਤੇ ਕਰਾਂਗੇ ਹਾਂ ਕੁਝ ਆਈ ਨਾ ਕਈ ਵਾਰੀ ਹਫ਼ਤਾ ਇਹੋ ਜਿਹਾ ਕਰਦੇ ਨੇ ਜਿਹੜੀ ਵਲੌਗ ਚ ਪਾਉਣੀ ਨਹੀਂ ਹੁੰਦੀ ਨਹੀਂ ਯਾਰ ਵਧੀਆ ਮਾਹੌਲ ਸਿਸਟਮ ਵੇਖੋ ਕਿੰਨਾ ਵਧੀਆ ਹਾਈਵੇ ਆ ਸੱਚੀ ਹਾਈਵੇ ਬਹੁਤ ਵਧੀਆ ਹੈ ਤਾਂ ਬਹੁਤ ਹੀ ਵਧੀਆ ਰਾਤੀ ਵਧੀਆ ਹੁੰਦਾ ਟਰੱਕ ਜਾਂਦੇ ਆ ਗੱਡੀਆਂ ਜਾਂਦੀਆਂ ਵਾ ਮੈਂ ਇੱਕ ਗੱਲ ਦੱਸਣਾ ਭੁੱਲਿਆ ਹੰਗਰੀ ਆਊਲ ਤੋਂ ਹੰਗਰੀ ਆਊਲ ਉੱਲੂਆਂ ਨੇ ਖਾਣਾ ਖਾ ਲਿਆ ਮੈਂ ਐਕਚੁਅਲੀ ਮੈਂ ਨਾ ਅੱਜ ਹੰਗਰੀ ਆਊਲ ਤੋਂ ਰਾਜਮਾ ਰਾਈਸ ਖਾਦੇ ਨੇ ਮੈਂ ਪਹਿਲਾਂ ਉਹ ਕਹਿਣ ਲੱਗਾ ਰਾਈਸ ਰਾਜਮਾ ਕਿਉਂਕਿ ਇਹ ਮੁੰਡਾ ਨਹੀਂ ਨਹੀਂ ਰਾਈਸ ਤੇ ਚਾਵਲ ਕਹਿਣ ਲੱਗਾ ਆਰਨ ਵਾਂਗ ਮੈਂ ਪਹਿਲਾਂ ਅੱਜ ਕੱਲ ਡਾਈਟ ਤੇ ਹੈਗਾ ਡਾਈਟ ਡੂਇਟ ਕੋਈ ਨਹੀਂ ਆ ਢਿੱਡ ਵੇਖੋ ਕਿਤੇ ਨਿੰਮ ਚ ਆਪਣੇ ਚਲੋ ਮੈਂ ਆਈਸਕ੍ਰੀਮ ਖਾਣੇ ਤੈਨੂੰ ਪਿੰਗਲੇ ਫਿਰ ਤੁਹਾਨੂੰ ਮਿਲਦੇ ਆ ਥੋੜਾ ਪਿੰਗਲੇ ਚੰਗਾ ਬੋਲਾਂ ਹੋਰ ਬੋਲਾਂ ਕੁਛ